ਜਿਹੜੇ ਜੀ ਵੈਸੇ ਵਧਾਉਣੇ ਨਹੀਂ ਚਾਹੀਦੇ ਅੱਗੇ ਬਹੁਤ ਜ਼ਿਆਦਾ ਸੀਗੇ ਜੋ ਰਜਿਸਟਰੀ ਕਰਾਉਣ ਲੱਗੇ ਤਾਂ ਅੱਗੇ ਸਾਰਿਆਂ ਦੀ ਬਾਂ ਬਾਂ ਹੋ ਜਾਂਦੀ ਆ ਇਹਨਾਂ ਵਧਾਉਣੇ ਨਹੀਂ ਚਾਹੀਦੇ ਸਗੋਂ ਘਟਾ ਕੇ ਤੇ ਹੋਰ ਜਿਹੜਾ ਰੈਵਨਿਊ ਇਕੱਠਾ ਹੋ ਸਕਦਾ ਇਹਨਾਂ ਜੇ ਘਟਾਉਂਦੇ ਰੈਵਨਿਊ ਹੋਰ ਹੋ ਸਕਦਾ ਜਿਹੜੇ ਲੋਕੀ ਮਤਲਬ ਬਿਆਨਾ ਕਰਾ ਕੇ ਲੋਕੀ ਰੱਖ ਛੱਡਦੇ ਨੇ ਤੇ ਉਹਦਾ ਰਜਿਸਟਰੀਆਂ ਸਗੋਂ ਵੱਧ ਹੋ ਸਕਦੀਆਂ ਇਹਨਾਂ ਤੇ ਇਹਨਾਂ ਨੇ ਉਹ ਨਜਾਇਜ਼ ਵਧਾ ਦਿੱਤੇ ਆ ਜਦੋਂ ਉਹ ਵੱਧ ਗਏ ਤੇ ਫਿਰ ਤੇ ਐਨਓਸੀ ਦੀ ਕੋਈ ਲੋੜ ਹੀ ਨਹੀਂ ਹੈਗੀ ਪੈਸੇ ਤੇ ਸਰਕਾਰ ਕੋਲ ਜਾਣੇ ਐਨਓਸੀ ਦੇ ਵੀ ਸਰਕਾਰ ਕੋਲ ਜਾਣੇ ਆ ਉਹਦੀ ਰੈਵਨਿਊ ਜਿਹੜਾ ਸਾਰਾ ਸਰਕਾਰ ਕੋਲ ਜਾਣਾ अपनी जीवन की पूंजी होंगी कोई नौकरी पेशा बंदा कोई 5-7 लाख 10 लाख रुपया अगला सोचता है चलो प्रॉपर्टी ले लिए सांभ लांगे कल बच्चे बाहर भेजना पढ़ाना लिखा बेच के चलो बच्चे उपर ला लांगे किसी ने कुड़ी व्यौनी किसी ने कुछ करना कोई 100 मजबूरियां करा दी इन्हें जी कलैक्ट्रेट वधा के हले तक जुमर कढ़ता है ना हूं कोई गरीब बेचारा कोई सुपना भी नहीं ले सकता कोई प्लाट लैन का कि मेरे कोई प्लाट है घरों में घर कर रहे लोगों को उही गल होगी अगे तो लोग इन्हों को जाके धरने ला के डंगा खान डे कि उन्होंने काम नहीं रोजगार नहीं मिल रहा जेहड़े बेचारे अपना रोजगार चलाते उन्होंने सरकार चला नहीं दिंदी इस करके सरकार अगे हथ बिन के बेनती है कि लोगों को कमां तो ना कढ़ो बेचारे लोगों को अगे हालात बड़े सख्त आ पहलियां सरकारां तुसीं कहिंदे लुट के खा गई तो तुसीं लोगों को हुण कोई साहब नहीं लैन देंदे इस करके बेनती है जी लोगों से थोड़ा ध्यान दो लोग बेचारे अपना जीवन बसर कर सकन तरन तारण तो सारे डीलर भाईचारा इतने इकट्ठा होया वा जिहड़ा कि सरकार वालों डीलर ते फाइनैंसरां नाल बिल्कुल धक्का किया जा रहा वा भी जिहड़े साडे प्लाट सी कलोनियां रोकां लाईआं गईआं रजिस्ट्री ते उहदे वास्ते एनओसी सरकार मंगदी पई आ जो कि एक नजायज जिहड़ा वा साडे तो कानून थोपिया जा रहा वा उहदे नाल नाल सरकार ने की कीता कि कल दे विच परसों दे विच नोटिफिकेशन आया कि 40% जिहड़ा अज तक इन्ना वाधा कदी भी नहीं होया 40% जिहड़ा कलैक्टर रेट वधा दिते गए आ इस करके ही सारे डीलर भाईचारा इतने इकट्ठा होए हैं आने वाले समय के जे सरकार ने फैसला ना वापस लिया एनओसी कलैक्टर रेट वाला तो अं पूरे पंजाब आवाज लैके जावे तो पूरा तिखा संघर्ष करांगे की नुकसान की है ਇਹਦੇ ਨਾਲ ਨੁਕਸਾਨ ਇਹ ਜੀ ਸਾਡਾ ਕਾਰੋਬਾਰ ਜਿਹੜਾ ਪਲਾਟਾਂ ਦਾ ਅਸੀਂ ਡੀਲਰ ਭਾਈਚਾਰਾ ਵਾ ਸਾਨੂੰ ਕਮਿਸ਼ਨ ਆਉਂਦੀ ਆ ਸਾਡੇ ਨਾਲ ਹੋਰ ਲੇਬਰ ਵਾਲੇ ਬੰਦੇ ਜੁੜੇ ਆ ਤੇ ਜਦੋਂ ਇਹਨਾਂ ਇਹਨੇ ਪੈਸੇ ਸਰਕਾਰ ਹੀ ਲੈਣ ਲੱਪੂਗੀ ਐਨਓਸੀ ਦੇ ਰੂਪ ਚ ਜਾਂ ਕਲੈਕਟਰ ਰੇਟ ਦੇ ਰੂਪ ਚ ਤੇ ਕਾਰੋਬਾਰ ਇੱਕ ਸਾਹ ਖਤਮ ਹੀ ਹੋਇਆ ਪਿਆ ਕੰਮ ਕਾਰੋਬਾਰ ਤੇ ਪਹਿਲਾਂ ਹੀ ਘੱਟ ਸੀਗਾ ਜਿੱਦਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਤੋਂ ਬਾਅਦ ਤੇ ਬਿਲਕੁਲ ਹੀ ਬੰਦ ਹੀ ਹੋ ਗਿਆ ਲੋਕੀ ਅੱਗੇ ਇੱਥੋਂ ਪਲਾਟ ਆਪਣੀਆਂ ਜਾਇਦਾਦਾਂ ਵੇਚ ਕੇ ਬੱਚੇ ਬਾਹਰ ਭੇਜਦੇ ਆ ਇੱਥੇ ਕੋਈ ਇਨਵੈਸਟਮੈਂਟ ਕਰਨ ਨੂੰ ਤਿਆਰ ਨਹੀਂ ਇੱਕ ਆਸ ਬੱਝੀ ਸੀ ਨਵੀਂ ਸਰਕਾਰ ਕੋਲ ਕਿ ਨਵੀਂ ਸਰਕਾਰ ਆਈ ਆ ਕਿ ਸ਼ਾਇਦ ਕੁਝ ਬਦਲਾਅ ਹੋਊਗਾ ਪਰ ਬਦਲਾਅ ਇੰਨਾ ਹੀ ਜ਼ਿਆਦਾ ਹੋ ਗਿਆ ਕਿ 40% ਕਲੈਕਟਰ ਰੇਟ ਅਜੇ ਤੱਕ ਰਿਕਾਰਡ ਹੀ ਤੋੜਤਾ ਸਰਕਾਰ ਨੇ ਓਪੀ ਡੀਲਰ ਦੁਨੀਆ ਜਿੰਦਾਬਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਜਿਹੜੇ ਜੀ ਵੈਸੇ ਵਧਾਉਣੇ ਨਹੀਂ ਚਾਹੀਦੇ ਅੱਗੇ ਬਹੁਤ ਜ਼ਿਆਦਾ ਸੀਗੇ ਜੋ ਰਜਿਸਟਰੀ ਕਰਾਉਣ ਲੱਗੇ ਤੇ ਅੱਗੇ ਸਾਰਿਆਂ ਦੀ ਬਾਂ ਬਾਂ ਹੋ ਜਾਂਦੀ ਆ ਇਹਨਾਂ ਵਧਾਉਣੇ ਨਹੀਂ ਚਾਹੀਦੇ ਸਗੋਂ ਘਟਾ ਕੇ ਤੇ ਹੋਰ ਜਿਹੜਾ ਰੈਵਨਿਊ ਇਕੱਠਾ ਹੋ ਸਕਦਾ ਇਹਨਾਂ ਨੂੰ ਜੇ ਘਟਾਉਂਦੇ ਰੈਵਨਿਊ ਹੋਰ ਹੋ ਸਕਦਾ ਜਿਹੜੇ ਲੋਕੀ ਮਤਲਬ ਬਿਆਨਾ ਕਰਾ ਕੇ ਲੋਕੀ ਰੱਖ ਛੱਡਦੇ ਨੇ ਤੇ ਉਹਦਾ ਰਜਿਸਟਰੀਆਂ ਸਗੋਂ ਵੱਧ ਹੋ ਸਕਦੀਆਂ ਇਹ ਤੇ ਇਹਨਾਂ ਨੇ ਉਹ ਨਜਾਇਜ਼ ਵਧਾ ਦਿੱਤੇ ਆ ਜਦੋਂ ਉਹ ਵੱਧ ਗਏ ਤੇ ਫਿਰ ਤੇ ਐਨਓਸੀ ਦੀ ਕੋਈ ਲੋੜ ਹੀ ਨਹੀਂ ਹੈਗੀ ਪੈਸੇ ਤੇ ਸਰਕਾਰ ਕੋਲ ਜਾਣੇ ਐਨਓਸੀ ਦੇ ਵੀ ਸਰਕਾਰ ਕੋਲ ਜਾਣੇ ਆ ਉਹਦੀ ਰੈਵਨਿਊ ਜਿਹੜਾ ਸਾਰਾ ਸਰਕਾਰ ਕੋਲ ਜਾਣਾ ਕਲੈਕਟਰ ਬਹੁਤ ਧੱਕਾ ਖਾ ਲਈ ਸਰਕਾਰ ਜੋ ਕਿ ਆਮ ਬੰਦਾ ਵਿਚਾਰਾ ਅੱਗੇ ਪ੍ਰੋਪਰਟੀ ਖਰੀਦਦਾ ਕਿਸੇ ਕੋਲ ਵਿਚਾਰੇ ਕੋਲ ਆਪਣੀ ਜੀਵਨ ਦੀ ਪੂੰਜੀ ਹੁੰਦੀ ਕੋਈ ਨੌਕਰੀ ਪੇਸ਼ਾ ਬੰਦਾ ਕੋਈ 5-7 ਲੱਖ 10 ਲੱਖ ਰੁਪਿਆ ਅਗਲਾ ਸੋਚਦਾ ਹੈ ਚਲੋ ਇਹ ਪ੍ਰੋਪਰਟੀ ਲੈ ਲਈਏ ਸਾਂਭ ਲਾਂਗੇ ਕੱਲ ਨੂੰ ਬੱਚੇ ਬਾਹਰ ਭੇਜਣਾ ਪੜ੍ਹਾਉਣਾ ਲਿਖਾਉਣਾ ਵੇਚ ਕੇ ਤੇ ਚਲੋ ਬੱਚੇ ਉੱਪਰ ਲਾ ਲਾਂਗੇ ਕਿਉਂਕਿ ਕਿਸੇ ਨੇ ਕੁੜੀ ਵਿਆਹਣੀ ਕਿਸੇ ਨੇ ਕੁਝ ਕਰਨਾ ਕੋਈ 100 ਮਜ਼ਬੂਰੀਆਂ ਕਰਾਉਂਦੀ ਸੀ ਤੇ ਇਹਨਾਂ ਜੀ ਕਲੈਕਟਰੇਟ ਵਧਾ ਕੇ ਹਲੇ ਤੱਕ ਜੁਮਰ ਕੱਢਦਾ ਆ ਨਾ ਹੁਣ ਕੋਈ ਗਰੀਬ ਵਿਚਾਰਾ ਕੋਈ ਸੁਪਨਾ ਵੀ ਨਹੀਂ ਲੈ ਸਕਦਾ ਕੋਈ ਪਲਾਟ ਲੈਣ ਦਾ ਕਿ ਮੇਰੇ ਕੋਲ ਕੋਈ ਪਲਾਟ ਹੈਗਾ ਘਰੋਂ ਘਰ ਕਰ ਰਹੇ ਲੋਕਾਂ ਨੂੰ ਉਹੀ ਗੱਲ ਹੋਗੀ ਅੱਗੇ ਤੇ ਲੋਕ ਇਹਨਾਂ ਕੋਲ ਜਾ ਕੇ ਧਰਨੇ ਲਾ ਕੇ ਡਾਂਗਾ ਖਾਣ ਡਿਆ ਕਿ ਉਹਨਾਂ ਨੂੰ ਕੰਮ ਨਹੀਂ ਰੋਜ਼ਗਾਰ ਨਹੀਂ ਮਿਲ ਰਿਹਾ ਜਿਹੜੇ ਵਿਚਾਰੇ ਆਪਣਾ ਰੁਜ਼ਗਾਰ ਚਲਾਉਂਦੇ ਉਹਨਾਂ ਸਰਕਾਰ ਚਲਾਉਣ ਨਹੀਂ ਦਿੰਦੀ ਇਹ ਕਰਕੇ ਸਰਕਾਰ ਅੱਗੇ ਹੱਥ ਬਿਨ ਕੇ ਬੇਨਤੀ ਆ ਕਿ ਲੋਕਾਂ ਨੂੰ ਕੰਮਾਂ ਤੋਂ ਨਾ ਕੱਢੋ ਵਿਚਾਰਿਆਂ ਨੂੰ ਲੋਕਾਂ ਕੋਲ ਅੱਗੇ ਹਾਲਾਤ ਬੜੇ ਸਖਤ ਆ ਪਹਿਲੀਆਂ ਸਰਕਾਰਾਂ ਤੁਸੀਂ ਕਹਿੰਦੇ ਲੁੱਟ ਕੇ ਖਾ ਗਈਆਂ ਤੇ ਤੁਸੀਂ ਲੋਕਾਂ ਨੂੰ ਹੁਣ ਕੋਈ ਸਾਹ ਨਹੀਂ ਲੈਣ ਦਿੰਦੇ ਇਹ ਕਰਕੇ ਬੇਨਤੀ ਆ ਜੀ ਲੋਕਾਂ ਦੇ ਥੋੜਾ ਧਿਆਨ ਦਿਓ ਲੋਕ ਵਿਚਾਰੇ ਆਪਣਾ ਜੀਵਨ ਬਸਰ ਕਰ ਸਕਣ ਤਰਨ ਤਾਰਨ ਤੋਂ ਸਾਰੇ ਡੀਲਰ ਭਾਈਚਾਰਾ ਇੱਥੇ ਇਕੱਠਾ ਹੋਇਆ ਵਾ ਜਿਹੜਾ ਕਿ ਸਰਕਾਰ ਵੱਲੋਂ ਡੀਲਰ ਤੇ ਫਾਈਨੈਂਸਰਾਂ ਨਾਲ ਬਿਲਕੁਲ ਧੱਕਾ ਕੀਤਾ ਜਾ ਰਿਹਾ ਵਾ ਵੀ ਜਿਹੜੇ ਸਾਡੇ ਪਲਾਟ ਸੀ ਕਲੋਨੀਆਂ ਰੋਕਾਂ ਲਾਈਆਂ ਗਈਆਂ ਰਜਿਸਟਰੀ ਤੇ ਉਹਦੇ ਵਾਸਤੇ ਐਨਓਸੀ ਸਰਕਾਰ ਮੰਗਦੀ ਪਈ ਆ ਜੋ ਕਿ ਇੱਕ ਨਜਾਇਜ਼ ਜਿਹੜਾ ਵਾ ਸਾਡੇ ਤੋਂ ਕਾਨੂੰਨ ਥੋਪਿਆ ਜਾ ਰਿਹਾ ਵਾ ਉਹਦੇ ਨਾਲ ਨਾਲ ਸਰਕਾਰ ਨੇ ਕੀ ਕੀਤਾ ਕਿ ਕੱਲ ਦੇ ਵਿੱਚ ਪਰਸੋਂ ਦੇ ਵਿੱਚ ਨੋਟੀਫਿਕੇਸ਼ਨ ਆਇਆ ਕਿ 40% ਜਿਹੜਾ ਅੱਜ ਤੱਕ ਇੰਨਾ ਵਾਧਾ ਕਦੀ ਵੀ ਨਹੀਂ ਹੋਇਆ 40% ਜਿਹੜਾ ਕਲੈਕਟਰ ਰੇਟ ਵਧਾ ਦਿੱਤੇ ਗਏ ਆ ਇਸ ਕਰਕੇ ਹੀ ਸਾਰੇ ਡੀਲਰ ਭਾਈਚਾਰਾ ਇੱਥੇ ਇਕੱਠਾ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਨੇ ਇਹ ਫੈਸਲਾ ਨਾ ਵਾਪਸ ਲਿਆ ਐਨਓਸੀ ਤੇ ਕਲੈਕਟਰ ਰੇਟ ਵਾਲਾ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਆਵਾਜ਼ ਲੈ ਕੇ ਜਾਵਾਂਗੇ
पूरा तिखा संघर्ष करांगे। की तुहानूं इहदा नुकसान की हैगा? इहदे नाल नुकसान इह जी साडा कारोबार जिहड़ा पलाटां दा असीं डीलर भाईचारा वा सानूं कमीशन आउंदी आ साडे नाल होर लेबर आले बंदे जुड़े आ ते जदों इन्ने इन्ने पैसे सरकार ही लैण लापूगी एनओसी दे रूप च जां कलैक्टर रेट दे रूप च ते कारोबार इक साफ खत्म ही होया पिया। काम कारोबार ते पहलां ही घट सीगा जिदन का नोटिफिकेशन जारी होया उतों बाद ते बिल्कुल ही बंद ही हो गया। लोग अगे इथों पलाट अपनियां जायदादां वेच के बच्चे बाहर भेजन दे आ इत्थे कोई इन्वेस्टमेंट करन नूं तैयार नहीं। एक आस बजी ही नवीं सरकार को कि नवीं सरकार आई आ कि शायद कुछ बदलाव होगा पर बदलाव इन्ना ही ज्यादा हो गया कि 40% कलैक्टर रेट अज तक रिकॉर्ड ही तोड़ता सरकार ने।